ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੇਰਾ ਜਿਹੜਾ ਬਲੌਗ ਹੈਗਾ ਆ ਖਾਸ ਹੈਗਾ ਵਾ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈਗੇ ਆ ਔਰ ਇੱਥੇ ਸਾਡਾ ਕੈਂਪ ਸੀਗਾ ਔਰ ਇੱਥੇ ਰਹਿਣ ਦਾ ਮੌਕਾ ਮਿਲਿਆ ਅਤੇ ਮੈਨੂੰ ਬਹੁਤ ਸੋਹਣਾ ਲੱਗਿਆ ਅਤੇ ਮੈਂ ਸੋਚਿਆ ਕਿ ਯਾਰ ਕਿਉਂ ਨਾ ਦਿਖਾਇਆ ਜਾਵੇ ਕਿਉਂਕਿ ਜਿਹੜੀ ਚੰਗੀ ਚੀਜ਼ ਹੈ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਔਰ ਬੜਾ ਹੀ ਸੋਹਣਾ ਨਜ਼ਾਰਾ ਇੱਥੋਂ ਦਾ। ਮੈਂ ਬੂਰਲੇ ਗੇਟ 'ਤੇ ਹੈਗਾ ਹਾਂ ਔਰ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਦਿਖਾਉਣ ਦੀ ਕਿ ਅੰਦਰ ਕੈਂਪ 'ਚ ਕੀ ਕੀ ਸਹੂਲਤਾਂ ਹੈਗੀਆਂ ਕਿਹੜੀ ਕਿਹੜੀ ਫੈਸਿਲਿਟੀ ਔਰ ਸਭ ਤੋਂ ਵਧੀਆ ਜਿਹੜੀ ਚੀਜ਼ ਮੈਨੂੰ ਲੱਗੀ ਆ ਇੱਥੋਂ ਦਾ ਗ੍ਰੀਨ ਏਰੀਆ ਇੰਨਾ ਵਧੀਆ ਮੇਨਟੇਨ ਕੀਤਾ ਹੋਇਆ ਔਰ ਇੰਨੀ ਪਲਾਂਟੇਸ਼ਨ ਹੈ ਅਤੇ ਲੈ ਕੇ ਜਾਂਦਾ ਮੈਂ ਤੁਹਾਨੂੰ ਅੰਦਰ। ਲਓ ਜੀ ਆਹ ਹੈਗਾ ਆ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਉਹਦਾ ਮੇਨ ਗੇਟ ਹੈ ਅਤੇ ਸ਼ਾਮ ਦਾ ਟਾਈਮ ਹੈ ਬੜਾ ਪਲੈਜ਼ੈਂਟ ਜਿਹਾ ਵੈਦਰ ਆ ਗਰਮੀ ਬਹੁਤ ਜ਼ਿਆਦਾ ਆ 43 ਡਿਗਰੀ ਟੈਂਪਰੇਚਰ ਸੀਗਾ ਅੱਜ ਵੀ ਲੇਕਿਨ ਇੱਥੇ ਜੋ ਮਜ਼ਾ ਆ ਮੈਂ ਕਹਿੰਦਾ ਕਿਤੇ ਵੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਬਾਹਰ ਲਾਇਦਾ ਏਰੀਆ ਕੈਂਪਸ ਪਲੇਸਮੈਂਟ ਕਿੰਨੇ ਬੱਚਿਆਂ ਨੂੰ ਪਲੇਸ ਕਰਾਉਂਦੇ ਆ ਔਰ ਮੈਨੂੰ ਦੱਸ ਰਹੇ ਸੀਗੇ ਕਿ ਮੈਕਸੀਮਮ ਪਲੇਸਮੈਂਟ ਇਹ ਕਰਾਉਂਦੇ ਆ ਸੋ ਜਿੱਥੇ ਕਾਲਜ ਦੀ ਜਿਹੜੀ ਆ ਲੋਕੇਸ਼ਨ ਜਿਹੜੀ ਆ ਉਹ ਬੜੀ ਵਧੀਆ ਹੈਗੀ ਆ ਉੱਥੇ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਕੈਂਪਸ ਪਲੇਸਮੈਂਟ ਉਹ ਵੀ ਬੜਾ ਸਟਰੋਂਗ ਹੈ। ਲਓ ਜੀ ਐਂਟਰ ਕਰ ਗਏ ਅਸੀਂ ਔਰ ਸਿਕਿਉਰਿਟੀ ਪੁਆਇੰਟ ਹੈ ਚੈੱਕ ਪੁਆਇੰਟ ਹੈ ਔਰ ਇਸ ਵੇਲੇ ਤਾਂ ਗਾਰਡ ਸਾਹਿਬ ਇੱਕੋ ਹੀ ਹੈਗੇ ਸਵੇਰ ਦੇ ਟਾਈਮ ਕਾਫੀ ਹੁੰਦੇ ਆ ਕਿਉਂਕਿ ਸੈਚਰਡੇ ਇਹਨਾਂ ਦਾ ਆਫ ਹੁੰਦਾ ਅਤੇ ਸੈਚਰਡੇ ਘੱਟ ਹੁੰਦਾ ਲੇਕਿਨ ਫਿਰ ਵੀ ਇਸ ਵੇਲੇ ਹੈਗੇ ਔਰ ਆਹ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਇਹ ਪਾਰਕਿੰਗ ਏਰੀਆ ਹੈਗਾ ਔਰ ਪਾਰਕਿੰਗ ਜਿਹੜਾ ਏਰੀਆ ਹੈਗਾ ਇੱਥੇ ਅਪਰੋਕਸੀਮੇਟਲੀ ਜਿੰਨੀ ਮਰਜ਼ੀ ਗੱਡੀਆਂ ਪਾਰਕ ਕਰ ਲਓ ਜੋ ਮਰਜ਼ੀ ਮੋਟਰਸਾਈਕਲ ਟਰੱਕ ਕਾਰ ਬੱਸ ਜੋ ਮਰਜ਼ੀ ਕਰ ਲਓ। ਮੈਂ ਥੋੜ੍ਹਾ ਜਿਹਾ ਪੁੱਛੂੰਗਾ ਵੀ ਕਿੰਨਾ ਕੁ ਕਿੰਨੇ ਕੁ ਏਕੜ ਦੇ ਵਿੱਚ ਹੈਗਾ ਜੀ ਮੈਨੂੰ ਅੰਦਾਜ਼ਾ ਮਿਲ ਜਾਵੇ। ਅੰਕਲ ਜੀ ਕਿੰਨੇ ਕੁ ਏਕੜ ਦੇ ਵਿੱਚ ਹੈਗਾ ਹੈ ਕੁਛ ਪਤਾ ਜੀ? 50-55 ਏਕੜਾ ਜੀ। 50-55 ਸਾਰਾ ਬਾਊਂਡਰੀ ਵਾਲ ਵਗੈਰਾ ਹੋਈ ਹੋਈ ਹੈ? ਬਾਊਂਡਰੀ ਵਾਲ ਹੋਈ ਹੈ। ਲਓ ਜੀ ਮੈਂ 25 ਏਕੜ ਦਾ ਹਿਸਾਬ ਲਾਉਂਦਾ ਸੀ 50-55 ਏਕੜ ਨਿਕਲਿਆ ਜੀ। ਦੇਖੋ ਬੜਾ ਖੁੱਲ੍ਹਾ ਏਰੀਆ ਜੀ। ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਹੈ ਨਾ ਮੈਂ ਦਿਖਾਊਂਗਾ ਅੱਗੇ ਚੱਲ ਕੇ ਵੀ ਤੁਹਾਨੂੰ ਜਿਹੜਾ ਇਹਦਾ ਗ੍ਰੀਨ ਏਰੀਆ ਬਹੁਤ ਹੀ ਸੋਹਣਾ ਗ੍ਰੀਨ ਏਰੀਆ ਇਹਦਾ। ਸੋ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦਾ ਕਿ ਗ੍ਰੀਨ ਏਰੀਆ ਦੇ ਵਿੱਚ ਕੀ ਖਾਸ ਹੈ ਔਰ ਕਿਹੜੇ ਕਿਹੜੇ ਡਿਪਾਰਟਮੈਂਟ ਇੱਥੇ ਹੈਗੇ ਆ। ਆਪਾਂ ਚੱਲੀ ਆਉਂਦੇ ਹਾਂ ਗਾਂ ਗਾਂ ਅਤੇ ਆ ਸਾਰੇ ਬੋਰਡ ਬੜੇ ਲੱਗੇ ਹੋਏ ਆ। ਇਸ ਵੇਲੇ ਹਨੇਰਾ ਦਿਖਦੇ ਨਹੀਂ ਪਰ ਫਿਰ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਕਾਫੀ ਲੱਗੇ ਆ ਬੋਰਡ, ਇਹ ਸਾਰੇ ਉਹ ਬੋਰਡ ਨੇ ਜਿਹੜੇ ਕੈਂਪਸ ਪਲੇਸਮੈਂਟ ਆ। ਅੱਛਾ ਇੱਕ ਚੀਜ਼ ਮੈਨੂੰ ਇਹਦੀ ਬਹੁਤ ਵਧੀਆ ਲੱਗੀ, ਆਹ ਦੇਖੋ ਤੁਸੀਂ ਇਹਨਾਂ ਨੇ ਇੱਕ ਵਿੱਚ ਨਾ ਨਾਲਾ ਕ੍ਰੀਏਟ ਕੀਤਾ, ਆਹ ਦੋ ਰੋਡ ਨੂੰ ਡਿਵਾਈਡ ਕਰਕੇ ਵਿੱਚ ਪਾਣੀ ਚੱਲਦਾ ਕਰ ਦਿੱਤਾ। ਠੀਕ ਹੈ, ਇਹ ਪਾਣੀ ਚੱਲਦਾ ਅਤੇ ਬੜਾ ਸੋਹਣਾ ਇੱਕ ਨਾ ਕਹਿ ਲਓ ਕਿ ਇੱਕ ਛੋਟਾ ਜਿਹਾ ਇੱਕ ਲੇਕ ਕਹਿ ਲਓ। ਇੱਥੇ ਜਗ੍ਹਾ ਜਗ੍ਹਾ ਬ੍ਰਿਜ ਬਣੇ ਹੋਏ ਆ ਫਿਰ ਛੋਟੇ ਛੋਟੇ ਅਤੇ ਵੀ ਇੰਨੇ ਨੰਬਰ ਬ੍ਰਿਜ ਤੋਂ ਕ੍ਰੋਸ ਕਰੋਗੇ ਅਤੇ ਆਹ ਕੈਂਪਸ ਹੈ, ਇੰਨੇ ਤੋਂ ਕ੍ਰੋਸ ਕਰੋਗੇ ਅਤੇ ਆਹ ਜਿਹੜਾ ਕੈਂਪਸ ਹੈ। ਸੋ ਗ੍ਰੀਨ ਪੁਆਇੰਟ ਜਿਹੜਾ ਤਾਂ ਗ੍ਰੀਨ ਏਰੀਆ ਬਹੁਤ ਹੀ ਵਧੀਆ ਕਿਉਂਕਿ ਹੁਣ ਥੋੜ੍ਹਾ ਜਿਹਾ ਹਨੇਰਾ ਹੋ ਗਿਆ ਲੇਕਿਨ ਸਵੇਰ ਦੇ ਟਾਈਮ 'ਤੇ ਤਾਂ ਬਹੁਤ ਹੀ ਸੋਹਣਾ ਜਿਹੜਾ ਲੱਗਦਾ। ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਜਲਦੀ ਜਲਦੀ ਸਾਰਾ ਕਵਰ ਅਪ ਕਰਾਂ। ਇਸ ਤੋਂ ਪਹਿਲਾਂ ਮੈਂ ਰਿਕਾਰਡ ਕੀਤੀ ਹੈ ਵੀਡੀਓ, ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸਾਰਾ ਦਿਖਾਇਆ ਜਾਵੇ। ਸੋ ਆਹ ਮੈਂ ਚੱਲ ਰਿਹਾ ਬਿਲਕੁਲ ਛਾਤੀ ਵਾਲਾ, ਵੈਦਰ ਬਹੁਤ ਵਧੀਆ ਔਰ ਗਰਮੀ ਮਹਿਸੂਸ ਨਹੀਂ ਹੋ ਰਹੀ। ਪਰ ਮੈਂ ਜੇ ਕਿਤੇ ਸ਼ਹਿਰ 'ਚ ਹੁੰਦਾ ਤਾਂ ਮੈਨੂੰ ਪਤਾ ਕਿ ਪੂਰੀ ਉੱਥੇ ਅੱਗ ਵਰਨੀ ਸੀਗੀ, ਉੱਥੇ ਟੈਂਪਰੇਚਰ ਘੱਟ ਤੋਂ ਘੱਟ 38 ਡਿਗਰੀ ਹੋਣਾ ਸੀਗਾ ਲੇਕਿਨ ਜਿਹੜਾ ਇੱਥੋਂ ਦਾ ਟੈਂਪਰੇਚਰ ਹੈ ਕਾਫੀ ਕੂਲ ਹੈ। ਔਰ ਕੈਂਟੀਨ ਏਰੀਆ ਜੀ ਛੋਟਾ ਜਿਹਾ ਬਣਿਆ ਹੋਇਆ, ਜਗ੍ਹਾ ਜਗ੍ਹਾ 'ਤੇ ਇਹਨਾਂ ਨੇ ਛੋਟੇ ਛੋਟੇ ਸਮਾਲ ਜਿਹੜੇ ਆ ਕੈਂਟੀਨ ਦੇ ਜਿਹੜੇ ਦਿੱਤੇ ਆ ਏਰੀਏ ਬੜੇ ਸੋਹਣੇ, ਜਿਨ੍ਹਾਂ 'ਚ ਬੈਠ ਕੇ ਜਿਹੜੇ ਸਟੂਡੈਂਟ ਵਗੈਰਾ ਆਪਦਾ ਫੰਕਸ਼ਨ ਕਰਦੇ ਹੋਣਗੇ ਇੱਥੇ। ਆ ਦੇਖੋ ਕਿੰਨਾ ਸੋਹਣਾ, ਇਸ ਵੇਲੇ ਸੈਚਰਡੇ ਆ ਬੰਦ ਹੈਗਾ ਲੇਕਿਨ ਤਾਂ ਵੀ ਕੋਈ ਨਾ ਕੋਈ ਇੱਥੇ ਹੈਗਾ ਜਿਹੜਾ ਤੁਹਾਨੂੰ ਸਰਵਿਸ ਦੇ ਸਕਦਾ ਆ। ਸੋ ਆਹ ਦੇਖੋ ਜੀ ਆਪਾਂ ਪਹੁੰਚ ਗਏ ਹਾਂ ਔਰ ਆਹ ਜਿਹੜੇ ਬੋਰਡ ਬਾਰਡ ਲੱਗੇ ਹੋਏ ਇਹਦੇ ਵਿੱਚ ਐਰੋ ਕਰਕੇ ਦੱਸਿਆ ਹੋਇਆ ਕਿੱਧਰ ਨੂੰ ਕੀ ਹੈ। ਠੀਕ ਹੈ, ਔਰ ਤੁਸੀਂ ਦੇਖ ਰਹੇ ਹੋ ਗ੍ਰੀਨ ਪੁਆਇੰਟ ਮੇਰੇ ਪਿੱਛੇ ਕਿੰਨੇ ਵਧੀਆ ਮਜ਼ਾ ਆਉਂਦਾ ਇੰਨੀ ਗਰਮੀ ਦੇ ਵਿੱਚ ਨਾ। ਇੱਥੋਂ ਦਾ ਜਿਹੜਾ ਇਨਵਾਇਰਮੈਂਟ ਬੜਾ ਹੀ ਕੂਲ ਹੈ ਔਰ ਮੈਂ ਇੱਥੇ ਅੱਜ ਰੁਕਿਆ ਸੀਗਾ, ਇੱਥੇ ਪੂਰੀ ਟੀਮ ਹੀ ਰੁਕੀ ਹੈ ਬਲਕਿ। ਔਰ ਇਹ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਹੈ, ਇਹ ਬਠਿੰਡਾ ਤੋਂ ਮੁਕਤਸਰ ਰੋਡ 'ਤੇ ਹੈਗਾ ਔਰ ਬੜਾ ਹੀ ਬਲਕਿ ਇੱਕ ਬਹੁਤ ਵਧੀਆ ਜਿਹੜਾ ਮੈਂ ਸਮਝਦਾ ਕਿ ਇਹਦਾ ਇਨਵਾਇਰਮੈਂਟ ਇਹਨਾਂ ਨੇ ਇੱਥੇ ਕ੍ਰੀਏਟ ਕੀਤਾ ਹੋਇਆ। ਬੜਾ ਸੋਹਣਾ ਕਾਲਜ ਵੀ ਹੈ, ਬੜੇ ਵਧੀਆ ਇੱਥੋਂ ਦੇ ਇਹਨਾਂ ਦੇ ਪ੍ਰਬੰਧ ਹੈਗੇ ਆ, ਡਿਗਰੀ ਕੋਰਸਿਸ ਕਰਾਉਂਦੇ ਨੇ, ਆਈਟੀ ਨਾਲ ਰਿਲੇਟਡ ਹੈ, BSc ਨਰਸਿੰਗ ਹੈਗੀ ਆ, ਕਾਫੀ ਸਾਰੇ ਜਿਹੜੇ ਗਰੁੱਪ ਆਫ ਕਾਲਜਿਸ ਜਿਹੜੇ ਆ ਇੱਥੇ ਹੈਗੇ ਆ। ਔਰ ਅੱਜ ਸੈਚਰਡੇ ਆ ਤਾਂ ਲੇਕਿਨ ਅੱਜ ਕੈਂਪਸ ਦੇ ਵਿੱਚ ਆਫ ਹੈਗਾ ਵਾ, ਪਰ ਫਿਰ ਵੀ ਜਿਹੜਾ ਇੱਥੇ ਕੁਛ ਰੌਣਕਾਂ ਹੈਗੀਆਂ ਜਿਹੜੀਆਂ ਦੇਖਣ ਵਾਲੀਆਂ ਵਾ। ਪਰ ਸਭ ਤੋਂ ਜਿਹੜੀ ਜ਼ਰੂਰੀ ਰੌਣਕ ਹੈ ਉਹ ਮੈਂ ਇਹ ਦੇਖ ਰਿਹਾ ਵਾਂ ਕਿ ਜਿਹੜੇ ਪਲਾਂਟ ਹੈ ਯਾਰ ਕੋਈ ਮੁੱਲ ਨਹੀਂ ਆ। ਦੇਖੋ ਤੁਸੀਂ ਕਿੰਨੀ ਸੋਹਣੀ ਪਲਾਂਟੇਸ਼ਨ ਇਹਨਾਂ ਦੀ ਔਰ ਸਾਰੇ ਪਾਸੇ ਗ੍ਰੀਨਰੀ ਹੈ ਔਰ ਮਜ਼ਾ ਆ ਰਿਹਾ। ਮੈਂ ਤਕਰੀਬਨ ਪੂਰਾ ਗੇੜਾ ਦਿੱਤਾ, ਮੈਨੂੰ ਲੱਗਦਾ ਅਪਰੋਕਸੀਮੇਟਲੀ 25 ਏਕੜ ਦੇ ਵਿੱਚ ਇਹਨਾਂ ਦਾ ਜਿਹੜਾ ਕੈਂਪਸ ਹੈਗਾ ਮੈਂ ਸਾਰਾ ਗੇੜਾ ਦੇ ਕੇ ਆਇਆ ਵਾਂ। ਅਤੇ ਹੋਰ ਵੀ ਜਿਹੜੀਆਂ ਇੱਥੇ ਬੜੀ ਬੜੀ ਸੋਹਣੀਆਂ ਬਿਲਡਿੰਗ ਹੈ, ਐਗਰੀਕਲਚਰ ਡਿਪਾਰਟਮੈਂਟ ਇਹਨਾਂ ਕੋਲ ਬੜਾ ਵਧੀਆ, ਖਾਲਸਾ ਕਾਲਜ ਦੇ ਬਰਾਬਰ ਦਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਇਹਨਾਂ ਦਾ ਹੈਗਾ ਵਾ। ਔਰ
काफ़ी जिहड़ा असीं इत्थे चलो इंजॉय कर रहे हैं क्योंकि गर्मी का दिन हैगा और कोशिश कर रहे हैं कि लुकशेप पे कढ़िया जाए पर तुसीं देखो कितना सोहना एनवायरमेंट इदां दे एनवायरमेंट च मज़ा आउंदा है और बठिंडे जिले दे विच है और जिहड़ी कैंपस लाइफ हुंदी आ उहदे तां मज़े ही वक्खरे हुंदे आ। तुसीं कंपेयर टू कैनेडा किसी भी कंट्री नाल कंपेयर कर लो यार, वह भी फेल है। मैं समझदा कि जिन्नी इत्थे ग्रीनरी है तुसीं देखो क्या लश ग्रीन एरिया, दुपहरे भी मैनूं लगता कि टैंपरेचर बाहरले शहर नालों इत्थे घट होगा। सो मैं तो इत्थे वधाई का पात्र समझदा जिहड़े इत्थों दे चेयरमैन साहब हैगे आ गुरमीत सिंह धारीवाल जी, उन्होंने अज तो कोई 25 साल पहलों इहदा सुपना लिया सी और उन्होंने अज सारा दस्या भी सानू कि किवें उन्होंने इहनूं खड़ा कीता सारे अंपायर नूं और बड़ा सोहना कॉलेज है और लोगों की सेवा दे विच हाजिर है, बड़ा जैनुअन जिहा। तो जे कोई IT दी डिग्री करनी चाहुंदे हो, BSc नर्सिंग है जां वट एवर, काफ़ी सारे कोर्सेज हैगे आ, मैं डिस्क्रिप्शन दे विच दे भी दूंगा, मैं पूरा कैंपस भी तुहानूं दिखाऊंगा कि किवें दा कैंपस आ। ये तो एक खाली पार्क का एरिया रूम सीगा जी साढ़े को, बड़ी वधिया बैडिंग है जी और बहुत वधिया नींद आई रात को। AC भी सीगा इत्थे, AC भी सीगा, पखा भी सीगा, अलमारियां सी लगी हुई हैं, इधर जिहड़ा वाशरूम एरिया सीगा ये बहुत वधिया रहा, वाशरूम भी इहदा बहुत वधिया। सो पूरा इंजॉय किया इत्थे, बैठे जी कंटीन दे विच आपां, ये मैस है वाई होस्टल दी, इत्थे आ तुसीं देखो मिल रहा और इंजॉय कर रहे हैं वधिया। हमने सारे स्टूडेंट जिहड़े इत्थों खा के रहे हैं, साडी भी वारी आई सी, असीं भी आए हुए हैं लैके। देखो ये जी बॉय होस्टल जिहड़ा बाबा फरीद ग्रुप ऑफ इंस्टीट्यूट दा वा और बड़े सोहने रूम बनाए हुए हैं, सारे ही AC है। सो पूरा रात में बड़ी वधिया नींद आई, वेंटिलेशन प्रॉपर है इत्थों दी और ग्रीन एरिया तुहानूं पता ही है सारा, मैं दिखाया सीगा पहले। सो सारा कैंपस ही बड़ा सोहना है, एग्रीकल्चर डिपार्टमेंट है इहना दा मनना है, मेरे ख्याल च होगा भी बेस्ट क्योंकि खालसा कॉलेज जिहड़ा अमृतसर है ना उहदे बराबर दा ही, उस तो भी बेस्ट कह दिंदे कि साडे कोल जिहड़ा एग्रीकल्चर डिपार्टमेंट, इन्होंने एक मोबाइल वैन भी तैयार की है किसानों नूं जागरूक करन वास्ते। सो बड़ा ही सोहना कैंपस है, बड़ा सवेर का टाइम हैगा, तुसीं देखो बिल्डिंगां प्रॉपर, इतने अप्रोक्सीमेटली 22,000 स्टूडेंट है इन्होंने कोल और ज़्यादातर जोड़े बच्चे है ज़्यादा आते हैं बिहार तो, मिजोरम तो, असम तो, सो इधर स्टेटा के बच्चे ज़्यादा है, जम्मू कश्मीर तो भी काफ़ी है, पंजाब के भी है, लेकिन पंजाब तुम्हें पता ही जूस जोड़ा वो आइलट्स। हाँ देखो जी रेड गुलमोहर, ये गुलमोहर का बूटा है, इतने जिहड़े रेड कलर के जिहड़े है ना वो फुल आए हैं, आ ब्लू आ, ये जकरंडा आ, इन्होंने गुलमोहर लिखा लेकिन ये गुलमोहर नहीं है, ये जकरंडा इनू प्लांट नूं कहिंदे आ, लिखा भी होया थले क्योंकि नेचर गुलमोहर दी आ, प्लांट उहदे वर्गे ही सारे। तो बड़ा जिहड़ा वधिया व्यू हैगा कॉलेज का सारा। सवेर का टाइम है, अज संडे हैगा आ और संडे तो ऑफ ही हुंदा है, रश नहीं होगा बिल्कुल, कल भी जो सैटरडे सीगा ऑफ ही सीगा। सो आ जिहड़ा वी बिल्डिंग है एग्रीकल्चर वाली है, लेकिन इधरों एंट्री नहीं हैगी, एंट्री दूसरे पासे है, हर एक प्लांट के नाल एक तख्ती भी इन्होंने लाई है कि प्लांट केड़ा है,